ਅਸਲਾਮੁਅਲੈਕਮ ਦੋਸਤੋ ਤੁਸੀਂ ਵੇਖ ਰਹੇ ਹੋ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦਲ ਵਖਤ ਦੋਸਤੋ ਮਾਸ਼ਾਅੱਲਾ ਇੱਕ ਕੋਲਡ ਸਟੋਰ ਦੀ ਵੀਡੀਓ ਲੈ ਕੇ ਆਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਭਰਾਵਾਂ ਨੂੰ ਇਹ ਬੜੀ ਪਸੰਦ ਆਵੇਗੀ ਦੋਸਤੋ ਜਿਹੜਾ ਕੋਲਡ ਸਟੋਰ ਹੁੰਦਾ ਨਾ ਵੈਸੇ ਤਾਂ ਭਰਾਵਾਂ ਨੂੰ ਪਤਾ ਹੋਣਾ ਹੈ ਇਹਦੇ ਬਾਰੇ ਚ ਲੇਕਿਨ ਜਿਹੜੇ ਦੋਸਤੋ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦਿੰਨਾ ਕਿ ਕਿ ਕਿਸੀ ਚੀਜ਼ ਹੁੰਦੀ ਹੈ ਇੱਕ ਐਸਾ ਕਾਰੋਬਾਰ ਹੁੰਦਾ ਹੈ ਕਿੰਨੇ ਜੀ ਕੰਮ ਖਰਚਾ ਕੰਮ ਖਰਚਾ ਤੇ ਆਮਦਨ ਜ਼ਿਆਦਾ ਦੋਸਤੋ ਮਾਸ਼ੱਲਾ ਤੇ ਆਪਾਂ ਖੜਿਆ ਮੇਨ ਰੋਡ ਤੇ ਤੇ ਇਸ ਮੇਨ ਰੋਡ ਤੇ ਇਹਦਾ 45 ਤੋਂ 50 ਫੁੱਟ ਫਰੰਟ ਹੈ ਇਹ ਮੇਨ ਰੋਡ ਸਾਈਵਾਲ ਪਾਕਪਤਨ ਮੇਨ ਰੋਡ ਹੈ ਤੇ ਆਪਾਂ ਖੜੇ ਆ ਬਿਲਕੁਲ ਸ਼ਹਿਰ ਦੇ ਅੰਦਰ ਦੋਸਤੋ ਮਤਲਬ ਕਿ ਸ਼ਹਿਰ ਦੀ ਹਦੂਦ ਦੇ ਬਿਲਕੁਲ ਅੰਦਰ ਆ ਜਾਂਦਾ ਹੈ ਕਿ ਜ਼ਿਆਦਾ ਫਾਸਲਾ ਨਹੀਂ ਹੈਗਾ ਇਹ ਇਹ ਤੁਹਾਡੇ ਸਾਹਮਣੇ ਸਾਈਵਾਲ ਪਾਕਪਤਨ ਮੇਨ ਰੋਡ ਤੁਸੀਂ ਦੋਸਤੋ ਆਪਣੀ ਮੂਵੀ ਦੇਖਣੀ ਐਂਡ ਤੱਕ ਕਿਉਂਕਿ ਪਰਵਾਹ ਨੇ ਐਂਡ ਤੱਕ ਆਪਣੀ ਮੂਵੀ ਦੇਖਣੀ ਹੈ ਨਾ ਤੇ ਦੋਸਤੋ ਨੂੰ ਮੁਕੰਮਲ ਗੱਲ ਬਾਤ ਦੀ ਸਮਝ ਆਵੇਗੀ ਸਾਹਮਣੇ ਸਕਰੀਨ ਤੇ ਭਰਾਵਾਂ ਨੂੰ ਨੰਬਰ ਵੀ ਨਜ਼ਰ ਆ ਜਾਏਗਾ ਤੇ ਇਹਦੀ ਖਸੂਸੀਅਤ ਕੀ ਹੈ ਇਹਦਾ ਫਾਇਦਾ ਕੀ ਹੈ ਤੇ ਉਹ ਵੀ ਆਪਾਂ ਭਰਾਵਾਂ ਨੂੰ ਇਸ ਮੂਵੀ ਦੇ ਅੰਦਰ ਹੀ ਦੱਸ ਦੇਵਾਂਗੇ ਜਦੋਂ ਆਪਾਂ ਕਿਸੇ ਚੀਜ਼ ਦੀ ਵੀਡੀਓ ਅਪਲੋਡ ਕਰਨੀ ਆ ਨਾ YouTube ਤੇ ਤੇ ਕਈ ਮੇਰੇ ਦੋਸਤ ਕਹਿੰਦੇ ਨੇ ਕਿ ਜਿਹੜਾ ਮਾਲਕ ਹੈ ਇਹ ਫਲਾਂ ਚੀਜ਼ ਜਿਹੜੀ ਚੀਜ਼ ਆਪਾਂ ਵੀਡੀਓ ਖਾਂਦੇ ਪਏ ਆ ਮਾਲਕ ਕਿਉਂ ਸੇਲ ਕੀਤੀ ਜਾਂਦਾ ਹੈ ਲਿਹਾਜ਼ਾ ਇਹ ਸਾਰੀ ਗੱਲਾਂ ਬਾਤਾਂ ਕਰਾਂਗੇ ਆਪਾਂ ਇਨਸ਼ਾਅੱਲਾ ਇਸ ਮੂਵੀ ਦੇ ਅੰਦਰ ਸਭ ਤੋਂ ਪਹਿਲੇ ਆਪਾਂ ਦੋਸਤਾਂ ਨੂੰ ਦੜਕੇ ਐਸ ਕੋਲਡ ਸਟੋਰ ਦੇ ਆਫਿਸ ਅਗੇ ਨੇ ਇਹ ਦਫਤਰ ਹੈਗੇ ਨੇ ਉਹ ਭਰਾਵਾਂ ਦਿਖਾਵਾਂਗੇ ਮਕਮਲ ਦੁਕਾਨ ਤੋਂ ਬਾਅਦ ਆਪਾਂ ਭਰਾਵਾਂ ਨੂੰ ਜਿਹੜਾ ਕਿ ਕੋਲਡ ਸਟੋਰ ਹੈਗਾ ਆਪਾਂ ਉਹ ਦਿਖਾਵਾਂਗੇ ਦੋਸਤੋ ਮਾਸ਼ਾਅੱਲਾ ਇਹ ਚਾਰ ਕਨਾਲ ਜਗ੍ਹਾ ਹੈ ਚਾਰ ਕਨਾਲ ਦੇ ਵਿੱਚ ਆਪਣਾ ਇਹ ਮਾਸ਼ਾਅੱਲਾ ਕੋਲਡ ਸਟੋਰ ਮਾਲਕ ਨੇ ਕਾਇਮ ਕੀਤਾ ਹੈ ਇਹਦੇ ਵਿੱਚ ਜੋ ਚੀਜ਼ ਹੈਗੀ ਆਪਾਂ ਭਰਾਵਾਂ ਦਿਖਾ ਦਿੰਨੇ ਆ ਭਰਾਵਾਂ ਦੇ ਸਾਹਮਣੇ ਆ ਵੇਖੋ ਸੀਸੀਟੀਵੀ ਕੈਮਰੇ ਇਹ ਭਰਾਵਾਂ ਦੇ ਸਾਹਮਣੇ ਹੈ ਕਿ ਹਰ ਇੱਕ ਚੀਜ਼ ਹਰ ਕਿਸੇ ਚ ਹਰ ਇੱਕ ਕਮਰੇ ਚ ਮਾਲਕਾਂ ਨੇ ਸੀਸੀਟੀਵੀ ਕੈਮਰੇ ਲਗਾਏ ਹੋਏ ਨੇ ਦੋਸਤੋ ਇਹ ਚਾਰ ਕਨਾਰ ਜਗਾ ਹੈ ਨਾ ਤੇ ਇਹਦੇ ਵਿੱਚ ਹੀ ਮਾਸ਼ਾਅੱਲਾ ਇੱਕ ਸਾਈਡ ਤੇ ਆਫਿਸ ਦਾ ਨਿਜ਼ਾਮ ਹੈ ਤੇ ਇੱਕ ਸਾਈਡ ਤੇ ਕੋल्ड स्टोर ਮਾਲਕ ਨੇ ਬਣਾਇਆ ਹੋਇਆ ਹੈ ਇਹ ਸਾਹਮਣੇ ਲੱਗਿਆ ਨਾ ਦਰਵਾਜ਼ਾ ਇਸ ਸਾਈਡ ਤੇ ਵੀ ਆਫਿਸ ਹੈਗਾ ਮਤਲਬ ਕਿ ਬਹੁਤ ਵੱਡਾ ਇਹਦੇ ਵਿੱਚ ਆਫਿਸ ਵੀ ਹੈਗਾ ਤੇ ਬਾਹਰ ਜਾ ਕੇ ਵੇਖੋ ਉੱਪਰ ਵੀ ਨਿਜ਼ਾਮ ਬਣਾਇਆ ਹੈ ਮਕਮਲਦ ਖਾਨ ਤੋਂ ਬਾਅਦ ਆਪਾਂ ਪ੍ਰਾਵਨ ਦਖਾਵਾਗੇ ਬਾਹਰ ਜਾ ਕੇ ਜਿਹੜਾ ਕਿ ਕੋਲਡ ਸਟੋਰ ਦਾ ਹਿੱਸਾ ਹੈ ਆ ਵੇਖੋ ਇਹ ਲੋਕੇਸ਼ਨ ਹੈ ਇਹ ਪ੍ਰਾਵਨ ਦੇ ਸਾਹਮਣੇ ਇਹ ਤਮਾਮ ਮੈਂ ਪ੍ਰਾਵਨ ਦਖਾਣਾ ਕੈਮਰਾ ਘੁਮਾ ਕੇ ਇੰਦੀ ਬਾਹਲੀ ਲੋਕੇਸ਼ਨ ਆ ਵੇਖੋ ਸਾਹਮਣੇ ਆਫਿਸ ਤੇ ਸਾਹਮਣੇ ਮੇਨ ਗੇਟ ਹੈ ਹੁਣ ਥੋੜੇ ਅੱਗੇ ਜਾ ਕੇ ਜਿਹੜਾ ਕਿ ਸਟੋਰ ਹੈਗਾ ਉਹ ਵੀ ਪ੍ਰਾਵਨ ਦਖਾਣੇ ਆ ਕਿਦੇ ਵਿੱਚ ਕੀ ਕੁਝ ਹੈ ਮੋਟਰਾਂ ਛੋਟਰਾ ਤੇ ਅੰਦਰ ਦਾ ਨਿਜ਼ਾਮ ਦੋਸਤੋ ਇਸ ਕੋਲਡ ਸਟੋਰ ਦੇ ਵਿੱਚ 12000 ਬੋਰੀ ਦੀ ਜਗ੍ਹਾ ਬਣੀ ਹੋਈ ਹੈ ਕਿ ਤੁਸੀਂ ਇੱਥੇ 12000 ਬੋਰੀ ਰੱਖ ਸਕਦੇ ਜੀ ਆ ਵੇਖੋ ਇਹ ਮਸ਼ੀਨਰੀ ਇਹ ਮੋਟਰਾਂ ਪਰ ਸਾਹਮਣੇ ਤਾਂ ਕਰ ਕਿਸੇ ਦੋਸਤ ਨੂੰ ਰੱਖਣੀ ਹੋਵੇ ਜਾਲੀ ਦੋਸਤੋ ਜਾਲੀ ਦਾ ਇੰਤਜ਼ਾਮ ਹੈਗਾ 24000 ਕਿ 24000 ਇੱਥੇ ਜਾਲੀ ਦਾ ਇੰਤਜ਼ਾਮ ਹੈ ਤੇ ਬੋਰੀ ਚੋਂ ਕਿ ਮਾਰੀ ਵੱਡੀ ਹੁੰਦੀ ਹੈ ਇਸ ਵਾਸਤੇ 12000 ਆਪਾਂ ਇੱਥੇ ਬੋਰੀ ਰੱਖ ਸਕਨੇ ਆ ਕੀਮਤ ਦੱਸਣ ਤੋਂ ਪਹਿਲੇ ਮੈਂ ਭਰਾਵਾਂ ਨੂੰ ਦੱਸਾਂਗਾ ਇਹਦੀ ਆਮਦਨੀ ਕਿੰਨੀ ਹੈ ਤੇ ਇਹਦਾ ਠੇਕਾ ਕਿੰਨਾ ਹੈ ਕਿਉਂਕਿ ਕਈ ਦੋਸਤ ਮੇਰੇ ਕਹਿੰਦੇ ਨਾ ਕਿ ਅਸੀਂ ਖਰੀਦ ਕੇ ਦਈਏ ਠੇਕੇ ਤੇ ਸਾਨੂੰ ਇਹਦਾ ਠਿਕਾ ਕਿਨਾ ਮਿਲੇਗਾ ਤੇ ਇਹਦੀ ਮਾਲਕ ਨੂੰ ਆਮਦਨੀ ਕੀ ਆ ਰਹੀ ਹੈ ਕਿਉਂਕਿ ਇਹ ਚੀਜ਼ਾਂ ਖਾਸ ਹੁੰਦੀਆਂ ਨੇ ਦੋਸਤੋ ਆਪਾਂ ਅੰਦਲੀ ਸੜਕ ਤੇ ਆ ਗਏ ਆ ਜਿਹੜਾ ਕਿ ਅੰਦਰਲਾ ਇਸ ਹੈਗਾ ਸਟੋਰ ਦੇ ਅੰਦਰ ਆਪਾਂ ਭਰਾਵਾਂ ਨੂੰ ਉਹ ਵਖਾ ਰਹੇ ਹਾਂ ਇਸ ਟਾਈਮ ਤੁਹਾਡੇ ਸਾਹਮਣੇ ਦੋਸਤੋ ਇਸ ਕੋਲਡ ਸਟੋਰ ਦੀ ਆਮਦਨੀ مالک ਦੇ ਕਹਿਣ ਦੇ ਮੁਤਾਬਕ 65 ਤੋਂ 70 ਲੱਖ ਰੁਪਏ ਆਉਂਦਾ ਪਿਆ 65 ਤੋਂ 70 ਲੱਖ فی ਮਹੀਨਾ ਜਿੰਦੇ ਵਿੱਚ ਪਰਵਾਂ ਨੂੰ ਸਿਰਫ ਮਲਾਜ਼ਮੀਆਂ ਦੇ ਖਰਚੇ ਵਗਾਰੇ ਤੇ ਬਿਜਲੀ ਦਾ ਬਿੱਲ ਪੇ ਕਰਨਾ ਹੁੰਦਾ ਤੇ ਬਿਜਲੀ ਦਾ ਬਿੱਲ ਤਕਰੀਬਨ 4 ਤੋਂ 5 ਲੱਖ ਰੁਪਏ ਆਉਂਦਾ ਪਿਆ ਹੈ ਮਾਲਕ ਦੇ ਕਹਿਣ ਦੇ ਮੁਤਾਬਕ ਆਪਾਂ ਪਰਵਾਂ ਨੂੰ ਇੰਦੀ ਆਮਦਨੀ ਜਿਹੜੀ ਹੈਗੀ ਏ 65 ਤੋਂ 70 ਲੱਖ ਮਹੀਨਾ ਉਹ ਦੱਸ ਦਿੱਤੀ ਜਿਹੜਾ ਇਹਦਾ ਬਿਜਲੀ ਦਾ ਖਰਚਾ ਹੈ ਪਰ ਉਹਨਾਂ ਆਪਾਂ ਉਵੀ ਦੱਸ ਦਿੱਤਾ ਹੈ ਤੇ ਹੁਣ ਰਹਿ ਗਿਆ ਇਹਦਾ ਠੇਕਾ ਕਿ ਕਿਹੜਾ ਦੋਸਤ ਇਹਨੂੰ ਖਰੀਦ ਕੇ ਦੇਵੇਗਾ ਠੇਕੇ ਤੇ ਉਹਨੂੰ ਇਹਦਾ ਠੇਕਾ ਕਿੰਨਾ ਮਿਲੇਗਾ ਅਗਰ ਕੋਈ ਦੋਸਤ ਭਰਾ ਇਹਨੂੰ ਖਰੀਦ ਕੇ ਦੇਵੇਗਾ ਠੇਕੇ ਤੇ ਇਹਦਾ ਠੇਕਾ ਮਿਲੇਗਾ ਮਹਾਨਾ 25 ਤੋਂ 30 ਲੱਖ ਰੁਪਇਆ 25 ਤੋਂ 30 ਲੱਖ ਰੁਪਇਆ ਇਹਦਾ ਭਰਾਵਾਂ ਨੂੰ ਠੇਕਾ ਮਿਲੇਗਾ ਇਹ ਜਿਹੜੀ ਗੱਲਾਂ ਆਪਾਂ ਭਰਾਵਾਂ ਨੂੰ ਕਰਦੇ ਪਏ ਨਾ ਇਸ ਮੂਵੀ ਦੇ ਅੰਦਰ ਤੁਸੀਂ ਆਪਣੀ ਮੂਵੀ ਨੋਟ ਕਰ ਲਓ ਆਪਣੇ ਗੱਲਾਂ ਨੋਟ ਕਰ ਲਓ ਤੁਹਾਨੂੰ ਮੌਕੇ ਤੇ ਇਹੋ ਚੀਜ਼ ਮਿਲੇਗੀ ਤੇ ਇਹੋ ਗੱਲਾਂ ਬਾਤਾਂ ਮਿਲਣਗੀਆਂ ਦੋਸਤੋ ਕਿਉਂਕਿ ਆਪਣੀ ਮੂਵੀ ਫੇਕ ਨਹੀਂ ਹੁੰਦੀ ਆਪਣੀ ਮੂਵੀ ਹੁੰਦੀ ਹੈ ਬਿਲਕੁਲ 오रिजिनल ਇਹ ਆਪਣੀ ਗਾਰੰਟੀ ਹੁੰਦੀ ਹੈ ਆਪਣਾ ਆਫਿਸ ਹੈ ਆਰਫ ਵਾਲਾ ਸ਼ਹਿਰ ਇਹ ਭਰਾਵਨ ਮੈਂ ਗੱਲ ਕਰਦਾ ਹੁਣਾ ਤੇ ਹੁਣ ਜਿਹੜੇ ਦੋਸਤ ਮੇਰੇ ਸਵਾਲ ਕਰਦੇ ਹੁੰਦੇ ਨੇ ਕਿ ਪਾਈ ਜਿਹੜੀ ਜ਼ਮੀਨ ਹੈਗੀ ਜਾਂ ਫਿਰ ਜਿਹੜੀ ਚੀਜ਼ ਹੈਗੀ ਇਹ ਮਾਲਕ ਸੇਲ ਕਿਉਂ ਕਰਦਾ ਪਿਆ ਦੋਸਤੋ ਇਹ ਹੁੰਦਾ ਇੱਕ ਕਾਰੋਬਾਰ ਜਾਂ ਫਿਰ ਇੱਕ ਹੁੰਦਾ ਸ਼ੌਕ ਕਿਉਂਕਿ ਹਰ ਬੰਦੇ ਦੀ ਅਲੱਗ-ਅਲੱਗ ਖਵਾਸ਼ ਹੁੰਦੀ ਹੈ ਕਿਸੇ ਦੋਸਤ ਦੀ ਖਵਾਸ਼ ਇਹ ਹੁੰਦੀ ਹੈ ਕਿ ਮੈਂ ਜਿਹੜੀ ਇੱਕ ਚੀਜ਼ ਹੈਗੀ ਜਿਹੜੇ ਕਿ ਮੇਰਾ ਨਜ਼ਾਮ ਹੈਗਾ ਕਾਰੋਬਾਰ ਹੈਗਾ ਇਹ ਸੇਲ ਕਰਕੇ ਤੇ ਮੈਂ ਲੈ ਲਵਾਂ ਜ਼ਰਾਈ ਜ਼ਮੀਨ ਤੇ ਕਿਸੇ ਦੋਸਤ ਦੀ ਗੱਲ ਇਹ ਹੁੰਦੀ ਹੈ ਉਹਦੀ ਖਵਾਸ਼ੇ ਹੁੰਦੀ ਹੈ ਕਿ ਜਿਹੜੀ ਜ਼ਰਾਈ ਜ਼ਮੀਨ ਹੈ ਇਹ ਮੈਂ ਸੇਲ ਕਰਕੇ ਤੇ ਕੋਈ ਜਿਹੜਾ ਕਿ ਕਾਰੋਬਾਰੀ ਨਜ਼ਾਮ ਹੈ ਕਿ ਕੋल्ड ਸਟੋਰ ਜਾਂ પેટ્રોલ ਪੰਪ ਐਜੀ ਕੋਈ ਚੀਜ਼ ਲੈ ਲਵਾਂ ਦੋਸਤੋ ਪਾਵੇਂ ਹੋਵੇ ਜ਼ਰਾਈ ਜ਼ਮੀਨ ਪਾਵੇਂ ਹੋਵੇ ਕੋਲਡ ਸਟੋਰ ਤੇ ਪਾਵੇਂ ਹੋਵੇ ਪੈਟਰੋਲ ਪੰਪ ਕਿਸੇ ਵੀ ਚੀਜ਼ ਦੇ ਵਿੱਚ ਘਾਟਾ ਨਹੀਂ ਹੁੰਦਾ ਹਰ ਕਾਰੋਬਾਰ ਹਰ ਇੱਕ ਨਿਜ਼ਾਮ ਹਰ ਇੱਕ ਚੀਜ਼ ਹੁੰਦੀ ਹੈ ਨਫੇ ਆਰੀ ਸਿਰਫ ਉਹਨਾਂ ਨੂੰ ਚਲਾਉਣ ਦਾ ਜਿਹੜਾ ਤਰੀਕਾ ਕਰੇ ਉਹ ਹੁੰਦਾ ਹੈ ਅਲੱਗ-ਅਲੱਗ ਆਪਾਂ ਫਿਰ ਦੁਬਾਰਾ ਮੇਨ ਰੋਡ ਤੇ ਆ ਗਏ ਆ ਭਰਾਵਾਂ ਤਸੱਲੀ ਕਰਾਈ ਜਾਂਦੇ ਆ ਇੱਥੇ ਦਾ 50 ਫੁੱਟ ਦਾ ਫਰੰਟ ਤੇ ਦੋਸਤੋ ਇਹਦੀ ਡਿਮਾਂਡ ਕੀਤੀ ਏ ਮਾਲਕ ਨੇ ਇਸ ਕੋਲਡ ਸਟੋਰ ਦੀ 10 ਕਰੋੜ ਰੁਪਇਆ ਦੋਸਤੋ 10 ਕਰੋੜ ਰੁਪਿਆ ਇੰਦੀ ਡਿਮਾਂਡ ਏ ਕਮੀ ਪੇਸ਼ੀ ਪਿਆਰ ਮੁਹੱਬਤ ਹੋ ਜਾਏਗਾ ਨੰਬਰ ਭਰਾਵਾਂ ਨੂੰ ਸਭ ਨੂੰ ਸਕਰੀਨ ਤੇ ਮਿਲ ਗਿਆ ਹੋਵੇਗਾ ਇਹ ਪਾਇਤੋ ਫੇਰ ਸਾਹਿਬ ਨੇ ਤੇ ਸਭ ਨੂੰ ਇਹਨਾਂ ਦਾ ਕਾਲ ਐਂਡ ਵਟਸਐਪ ਨੰਬਰ ਤੁਸੀਂ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਜੀ ਤੇ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਜੀ ਪਾਇਤੋ ਫੇਰ ਸਾਹਿਬ ਆਪਣੇ ਨਾਲ ਕੰਮ ਕਰਦੇ ਨੇ ਜਿਹੜਾ ਕਿ ਸਟੋਰ ਹੈਗਾ ਇਹਦਾ ਵਿਜ਼ਿਟ ਕੀਤਾ ਹੈ ਪਾਇਤੋ ਫੇਰ ਸਾਹਿਬ ਨੇ ਤੁਸੀਂ ਇਹਨਾਂ ਨਾਲ ਰابطਾ ਕਰਨਾ ਜੀ ਤੁਸੀਂ ਪਾਈ ਤਫੀਲ ਸਾਹਿਬ ਨਾਲ رابطہ ਕਰਕੇ ਮਕਮਲਿੰਦੀ ਮਾਲੂਮਾਤ ਲੈ ਸਕਦੇ ਜੀ ਕਿਉਂਕਿ ਪਾਈ ਤਫੀਲ ਸਾਹਿਬ ਮੌਕੇ ਤੇ ਮੌਜੂਦ ਨੇ ਇਸ ਤੋਂ ਇਲਾਵਾ ਆਪਣੇ WhatsApp ਨੰਬਰ ਲੱਗੇ ਹੁੰਦੇ ਨੇ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ WhatsApp ਨੰਬਰ ਵੀ ਤੇ ਪਾਈ ਸ਼ਫਕਤ ਦਾ WhatsApp ਨੰਬਰ ਵੀ ਦੋਸਤੋ ਮਤਲਬ ਕਿ ਅਸੀਂ ਤਿੰਨੇ ਦੋਸਤ ਇਕੱਠੇ ਕੰਮ ਕਰਦੇ ਪਏ ਹਾਂ ਤੇ ਜਿਹੜੇ ਦੋਸਤ ਕੋਲੇ ਮਾਲੂਮਾਤ ਹੁੰਦੀ ਜ਼ਿਆਦਾ ਉਹਦਾ ਨੰਬਰ ਸਾਹਮਣੇ ਸਕਰੀਨ ਤੇ ਮੌਜੂਦ ਹੁੰਦਾ ਹੈ ਤੇ ਇਹ ਗੱਲ ਮੈਂ ਪਰਾਂਵਾਂ ਨੂੰ ਬਾਰ-ਬਾਰ ਕਰਦਾ ਪਿਆ ਕਿ ਆਪਣੀ ਮੂਵੀ ਹੁੰਦੀ ਹੈ ਬਿਲਕੁਲ 오ਰੀਜినਲ ਅੱਲਾ ਦਾ ਸ਼ੁਕਰ ਹੈ ਅਪਾ ਫੇਕ ਕੰਮ ਨਾ ਕਰ ਜ਼ਿੰਦਗੀ ਚ ਕੀਤਾ ਤੇ ਨਾ ਹੀ ਕਰਨਾ ਹੈ ਜਿਹੜੀ ਗੱਲਾਂ ਬਾਤਾਂ ਆਪਾਂ ਪਰਾਂਵਾਂ ਨੂੰ ਕਰ ਚੁੱਕੇ ਆ ਤੁਸੀਂ ਮੌਕੇ ਤੇ ਆਉਂਗੇ ਤੁਸੀਂ ਇਹੋ ਚੀਜ਼ ਮੌਕੇ ਤੇ ਪਾਉਂਗੇ ਇਹੋ ਕੀਮਤ ਹੋਵੇਗੀ ਇੰਨਾ ਹੀ ਠੇਕਾ ਹੋਵੇਗਾ ਇੰਨੀ ਆਮਦਨੀ ਹੋਵੇਗੀ ਤੇ ਕਿਸੇ ਮੇਰੇ ਦੋਸਤ ਨੇ ਵੀਡੀਓ ਸੁਣਨੀ ਹੋਵੇ ਉਰਦੂ ਜ਼ਬਾਨ ਦੇ ਵਿੱਚ ਖਾਸ ਤੌਰ ਤੇ ਮੇਰੇ ਪਠਾਨ ਦੋਸਤ ਉਹਨਾਂ ਨੂੰ ਪੰਜਾਬੀ ਜ਼ਬਾਨ ਦੀ ਸਮਝ ਨਹੀਂ ਆਉਂਦੀ ਤੇ ਤੁਹਾਨੂੰ ਇਸ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਉਰਦੂ ਜ਼ਬਾਨ ਦੇ ਵਿੱਚ ਮੂਵੀ ਦਾ ਲਿੰਕ ਮਿਲ ਜਾਏਗਾ ਤੁਸੀਂ نیچے ਡਿਸਕ੍ਰਿਪਸ਼ਨ ਚ ਚੈੱਕ ਕਰ ਸਕਦੇ ਜੀ ਭਰਾਵਾਂ ਨੂੰ ਉਰਦੂ ਜ਼ਬਾਨ ਚ ਵੀਡੀਓ ਮਿਲ ਜਾਏਗੀ ਤੇ ਦੋਸਤੋ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਸਾਡੀ ਵੀਡੀਓ ਲਾਈਕ ਤੇ ਸ਼ੇਅਰ ਇਹ ਜ਼ਰੂਰ ਕਰੋ ਇਨਸ਼ਾਅੱਲਾ ਤਾਲਾ ਬਖਸ਼ਰ ਤੇ ਜ਼ਿੰਦਗੀ ਬਖਸ਼ਲੇ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾਹ ਹਾਫਿਜ਼